ਇਹ ਜੀ ਖੰਨੇ ਦੀ ਗੈਪ ਦੀ ਪੁਲੀ ਤੁਸੀਂ ਦੇਖ ਲਿਓ ਖੰਨੇ ਦੀ ਗੈਪ ਦੀ ਪੁਲੀ ਇਹੀ ਸ਼ਹਿਰ ਨੂੰ ਬਚਾਉਂਦੀ ਹੈ ਦੋਸਤੋ ਤੁਸੀਂ ਸਾਹਮਣੇ ਜਿਹੜੀਆਂ ਵਾਈਟ ਅਤੇ ਬਲੈਕ ਧਾਰੀਆਂ ਲਾਈਨਾਂ ਦੇਖ ਰਹੇ ਹੋ ਇਹ ਗੈਪ ਦੀ ਪੁਲੀ ਹੈ ਗੈਪ ਦੀ ਪੁਲੀ ਜਿਹੜੀ ਕਿ ਖੰਨੇ ਸ਼ਹਿਰ ਨੂੰ ਜੇਕਰ ਫਲੱਡ ਆਉਂਦਾ ਹੈ ਤਾਂ ਗੈਪ ਦੀ ਪੁਲੀ ਉਹ ਹੈ ਜਿਹੜੀ ਖੰਨੇ ਸ਼ਹਿਰ ਨੂੰ ਬਚਾਉਂਦੀ ਹੈ ਸੋ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇਸ ਨੂੰ ਅੱਜ ਬੰਨ ਲਾ ਕੇ ਇਹ ਇੱਥੋਂ ਚੱਕ ਦਿੱਤਾ ਗਿਆ ਮਿੱਟੀ ਪਾਈ ਗਈ ਹੈ ਤੁਸੀਂ ਦੇਖ ਰਹੇ ਹੋ ਅੱਜ ਸਵੇਰੇ ਇਹ ਮਿੱਟੀ ਨਾਲ ਬੰਨ ਲਾ ਦਿੱਤਾ ਗਿਆ ਇਹ ਗੈਪ ਦੀ ਪੁਲੀ ਜਿਹੜੀ ਹੈ ਜੇਕਰ ਪਾਣੀ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਇਹ ਗੈਪ ਦੀ ਪੁਲੀ ਨੂੰ ਬੰਨ ਲਾ ਕੇ ਰੋਕ ਦਿੱਤਾ ਗਿਆ ਇੱਕੋ ਇੱਕ ਅਜਿਹੀ ਪੁਲੀ ਹੈ ਜਿਹੜੀ ਲੈਨੋ ਪਾਰ ਦੇ ਪਾਣੀ ਨੂੰ ਰੋਕਦੀ ਹੈ ਇੱਥੋਂ ਪਾਣੀ ਦੀ ਨਿਕਾਸੀ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਹੈ ਉਹ ਗੈਪ ਦੀ ਪੁਲੀ ਜਿਹਨੇ 1999 ਦੇ ਵਿੱਚ ਜਦੋਂ ਫਲੱਡ ਆਇਆ ਸੀਗਾ ਇਸ ਪੁਲੀ ਕਾਰਨ ਹੀ ਜਿਹੜਾ ਹੈ ਇਲਾਕਾ ਬਚਿਆ ਸੀ ਸੋ ਅੱਜ ਇਹ ਪੁਲੀ ਲਗਭਗ ਬੰਦ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਪੁਲੀ ਨੂੰ ਇੱਥੇ ਮਿੱਟੀ ਪਾ ਕੇ ਰੋਕ ਦਿੱਤਾ ਗਿਆ ਕਿਉਂਕਿ ਇੱਥੇ ਕੁਛ ਬਿਲਡਿੰਗਾਂ ਵੀ ਬਣੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਕਿ ਗੈਪ ਦੀ ਪੁਲੀ ਹੈ ਅਤੇ ਕੁਛ ਅਧਿਕਾਰੀ ਜਿਹੜੇ ਨੇ ਇੱਥੇ ਦੇਖਣ ਵੀ ਆਏ ਹੋਏ ਨੇ ਪਟਵਾਰੀ ਸਾਹਿਬ ਨੇ ਜਿਹੜੇ ਕਿ ਗੈਪ ਦੀ ਪੁਲੀ ਦੇ ਕੋਲ ਖੜ੍ਹੇ ਨੇ ਅਤੇ ਇੱਥੇ ਨਿਰੀਖਣ ਕਰਨ ਆਏ ਨੇ ਤਾਂ ਤੁਸੀਂ ਦੇਖ ਰਹੇ ਹੋ ਜੇਕਰ ਫਲੱਡ ਆਉਂਦਾ ਹੈ ਤਾਂ ਇਹ ਗੈਪ ਦੀ ਪੁਲੀ ਹੈ ਜਿਹੜੀ ਪੂਰੇ ਸ਼ਹਿਰ ਨੂੰ ਬਚਾਉਂਦੀ ਹੈ ਪਰ ਅੱਜ ਇਸ ਨੂੰ ਬੰਦ ਕਰ ਦਿੱਤਾ ਗਿਆ ਮਿੱਟੀ ਪਾ ਕੇ ਜਿਹੜੀ ਹੈ ਇਹਨੂੰ ਰੋਕ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਪਾਈ ਗਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਮਸੀਨ ਮੁਹੰਮਦ ਕਿੱਥੇ ਰਹਿੰਦੇ ਤੁਸੀਂ ਅਸੀਂ ਉਹ ਪਿੱਛੇ ਦੇਖ ਰਹੇ ਅੱਛਾ ਅੱਜ ਦੀ ਪੁਲੀ ਦਾ ਉਰੇ ਚੱਲ ਰਿਹਾ ਸੀ ਕੰਮ ਜਿਵੇਂ ਮਿੱਟੀ ਪਾਈ ਹੋਈ ਹੈ ਇਹ ਕਿਹਨੇ ਪਾਈ ਹੈ ਲੱਗਿਆ ਉਹਦਾ ਕੁਛ ਇਹ ਪਤਾ ਨਹੀਂ ਇਹਨਾਂ ਨੇ ਕੰਪਨੀਆਂ ਵਾਲੇ ਬੰਨ ਬੁਣੇ ਵਾਲਾ ਕੋਈ ਅਧਿਕਾਰੀ ਵੀ ਆਏ ਸੀ ਉਰੇ ਆਏ ਮੌਕਾ ਘੱਟ ਕਰ ਗਿਆ ਤੁਸੀਂ ਚਾਰ ਮੌਕਾ ਲਾ ਕੇ ਅੱਛਾ ਦੇਖਣ ਆਏ ਸੀ ਨਾਲ ਜੀ ਤਹਿਸੀਲਦਾਰ ਨਹੀਂ ਪਟਵਾਰੀ ਸਾਹਿਬ ਕੀ ਪੋਜੀਸ਼ਨ ਆ ਜਿਹੜੀ ਉਰੇ ਗੈਪ ਦੀ ਪੁਲੀ ਦੀ ਇਹ ਜਿਵੇਂ ਲਾਇਆ ਕਿਹਨੇ ਆ ਬੰਦੇ ਇਹ ਪਤਾ ਨਹੀਂ ਲੱਗਿਆ ਸਫਾਈ ਸਫੂਈ ਹੋ ਰਹੀ ਹੈ ਹੁਣ ਕਰਾਵਾਂਗੇ ਸਫਾਈ ਸਫਾਈ ਕਰਾ ਰਹੇ